ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ ਸੋ ਵਿਊਅਰਸ ਅੰਡਰ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿਆਸੀ ਹਲਕਿਆਂ ਦੇ ਵਿੱਚ ਇਹ ਚਰਚਾ ਬੜੀ ਜੋਰਾਂ ਸ਼ੋਰਾਂ ਤੇ ਹੈ ਕਿ ਕੀ ਮੋਦੀ ਜਿਹੜਾ 75 ਸਾਲਾਂ ਦੀ ਉਮਰ ਨੂੰ ਟੁੱਕਣ ਵਾਲਾ ਹੈ ਆਪਣੇ ਅਹੁਦੇ ਤੋਂ ਰਿਟਾਇਰ ਹੋਵੇਗਾ ਜਿਵੇਂ ਕਿ ਉਸਨੇ 75 ਸਾਲਾਂ ਦੇ ਐਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਰਿਟਾਇਰ ਹੋਣ ਤੇ ਮਜਬੂਰ ਕੀਤਾ ਸੀ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਾਲ ਹੀ ਗੁਰਪਾਣੀ ਵਿਚਾਰਾਂ ਦੀ ਸਾਂਝ ਤੋੜਨਾ ਪਾਈ ਜਾਏਗੀ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਥੋੜਾ ਸਾਫਤਾ ਪੋਪੋ ਧੰਨਵਾਦ ਜੀ ਰਾਰ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਜਿਵੇਂ ਅਸੀਂ ਪਹਿਲੇ ਸੈਗਮੈਂਟ ਚ ਕਿਹਾ ਸੀ ਕਿ ਭਾਰਤ ਔਰ ਖਾਸ ਤੌਰ ਤੇ ਹਿੰਦੂਤਵੀ ਵਿਚਾਰਧਾਰਾ ਜਿਹਨੂੰ ਕਦੇ ਬ੍ਰਾਹਮਣਵਾਦ ਕਿਹਾ ਜਾਂਦਾ ਸੀ ਕਿਵੇਂ ਇਹ ਮਾਸਟਰ ਨੇ ਝੂਠ ਨੂੰ ਕਾਇਨ ਕਰਨ ਚ ਝੂਠ ਨੂੰ ਆਰਟ ਬਣਾਉਣ ਚ ਔਰ ਫਿਰ ਉਸ ਝੂਠ ਨੂੰ ਪਰੋਸਣ ਚ ਅੱਛਾ ਔਰ ਇਹ ਜੇ ਮੋਦੀ ਦਾ ਤੁਸੀਂ ਆਪਣਾ ਪੋਲੀਟੀਕਲ ਕੈਰੀਅਰ ਹੀ ਦੇਖੋ ਕਿ ਇਹਨੇ ਇਤਿਹਾਸ ਦਾ ਹਮੇਸ਼ਾ ਸਭ ਤੋਂ ਵੱਡਾ ਝੂਠ ਬੋਲਿਆ ਟੋਟਲੀ ਅਨਪੜ੍ਹ ਕਿਸਮ ਦਾ ਬੰਦਾ ਤੇ ਕਿਵੇਂ ਝੂਠੀਆਂ ਡਿਗਰੀਆਂ ਦੇ ਦਾਅਵੇ ਕਿਵੇਂ ਜਿੱਥੇ ਕਦੇ ਰੇਲਵੇ ਸਟੇਸ਼ਨ ਹੀ ਨਹੀਂ ਸੀ ਹੁੰਦਾ ਉਹਦੇ ਬਾਰੇ ਦਾਵਾ ਕਿ ਮੈਂ ਛੋਟਾ ਹੁੰਦਿਆਂ ਆਪਣੇ ਪਿਓ ਦੇ ਨਾਲ ਚਾਹ ਦੇ ਕੱਪ ਧੋਂਦਾ ਹੁੰਦਾ ਸੀ ਚਾਹ ਵੇਚਦਾ ਸੀ ਹਾਲਾਂ ਉਸ ਤੋਂ ਬਾਅਦ ਕਿੰਨੇ ਸਾਲ ਬਾਅਦ ਸਟੇਸ਼ਨ ਬਣਿਆ ਔਰ ਉਹ ਫਿਰ ਸਾਰੀਆਂ ਹੀ ਕਹਾਣੀਆਂ ਐ ਜਿਹਦੇ ਥੱਲੇ 2002 ਚ ਹਜ਼ਾਰਾਂ ਮੁਸਲਮਾਨਾਂ ਦੀ نسل ਕੁੱਸ਼ੀ ਗੋਦਰਾ ਕਾਰਨ ਨਾਲ ਜੋੜ ਕੇ ਕੀਤੀ ਗਈ ਜਿਹਦੇ ਚ ਕੋਈ ਮੁਸਲਮਾਨਾਂ ਦਾ ਲਾਗਾ ਦੇਗਾ ਹੀ ਨਹੀਂ ਸੀ ਔਰ ਇਸ ਦੇ باوجود ਉਸ ਝੂਠ ਨੂੰ ਬਿਲਡ ਕਰਕੇ ਹਿੰਦੂ ਹਿਰਦੇ ਸਮਰਾਟ ਭਾਰਤ ਪਰ ਦੇ ਹਿੰਦੂਆਂ ਤੱਕ ਪਹੁੰਚ ਕੀਤੀ ਗਈ ਔਰ ਫਿਰ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆ ਭਾਵੇਂ ਉੱਥੇ ਸਭ ਤੋਂ ਜ਼ਿਆਦਾ ਟ੍ਰਾਈਬਲਸ ਔਰ ਦੂਸਰਿਆਂ ਚ ਖੁਦਕੁਸ਼ੀਆਂ ਔਰ ਭੁੱਖ ਨਾਲ ਮੌਤਾਂ ਹੋਈਆਂ ਲੇਕਿਨ ਮਾਡਲ ਭਾਰਤ ਭਰ ਦੇ ਵਿੱਚ ਵੇਚਿਆ ਗਿਆ ਕਿ ਜੀ ਦੇਖੋ ਗੁਜਰਾਤ ਮਾਡਲ ਗੁਜਰਾਤ ਕਿੰਨਾ ਵਿਕਾਸ ਕੀਤਾ ਔਰ ਜੇ ਉਸ ਝੂਠ ਦੀ ਅਸੀਂ ਲੇਟੈਸਟ ਗੱਲ ਦੇਖਣੀ ਹੋਏ ਕਿ ਕੋਵਿਡ ਦੇ ਚੱਲਦੇ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਡਾਟੇ ਦੇ ਮੁਤਾਬਕ ਜਿਹੜੇ ਨੇ ਉਹ 15 ਮਿਲੀਅਨ 1.5 ਕਰੋੜ ਜਿਹੜੀਆਂ ਮੌਤਾਂ ਕੋਵਿਡ-19 ਨਾਲ ਹੋਈਆਂ ਉਹਨਾਂ ਚੋਂ 47 ਲੱਖ ਜਿਹੜੀਆਂ ਨੇ ਕੱਲੀਆਂ ਭਾਰਤ ਦੇ ਵਿੱਚ ਹੋਈਆਂ ਲੇਕਿਨ ਉਹ ਮੋਦੀ ਬਨਾਰਸ ਚ ਖਲੋ ਕੇ ਅਦਿੱਤਿਆਨਾਥ ਯੋਗੀ ਦੀ ਤਾਰੀਫ ਕਰ ਰਿਹਾ ਕਿ ਬਹੁਤ ਵਧੀਆ ਹੈਂਡਲ ਹੋਇਆ ਔਰ ਉਹਨਾਂ ਦਾ ਹੈਲਥ ਮਿਨਿਸਟਰ ਹਰਸ਼ਵਰਧਨ ਪਾਰਲੀਮੈਂਟ 'ਚ ਖਲੋ ਕੇ ਕਹਿੰਦਾ ਕਿ ਭਾਰਤ 'ਚ ਇੱਕ ਵੀ ਮੌਤ ਆਕਸੀਜਨ ਦੀ ਕਮੀ ਕਰਕੇ ਨਹੀਂ ਹੋਈ ਸੋ ਇਨੇ ਵੱਡੇ ਝੂਠ ਸਰਜਨ ਵਾਲਿਆਂ ਤੋਂ ਬਾਕੀ ਕੋਈ ਪੋਲੀਟੀਕਲੀ ਉਹਨੇ ਰਿਟਾਇਰ ਹੋਣਾ ਨਹੀਂ ਹੋਇਆ ਬਹੁਤ ਅਹਿਮੀਅਤ ਨਹੀਂ ਰੱਖਦਾ ਅੱਛਾ ਪਰ ਕੁਦਰਤੀ ਇੱਕ ਸਟੋਰੀ ਜਿਹੜੀ ਮੈਨੂੰ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ ਭੇਜੀ ਔਰ ਇਹ ਸੁਜਾਤਾ ਨੰਦਨਦੀ ਹੈ ਉਹਨਾਂ ਦੇ ਪ੍ਰੋਮਿਨੈਂਟ ਪਬਲਿਕेशंस छਪੀ ਤੇ ਉਹਦਾ ਹੈਡਿੰਗ ਇਹ ਹੈ ਵਿਲ ਵਿਦ ਨਰਿੰਦਰ ਮੋਦੀ 노 মুਵ ਟੂ ਰਿਟਾਇਰ ਹਾਊ ਵਿਲ ਸ਼ਾ ਯੋਗੀ ਐਂਡ ਭਾਗਵਤ ਰਿਐਕਟ ਵਿਲ ਦੇ ਫਾਲ ਇਨ ਲਾਈਨ ਹੁਣ ਜ਼ਾਹਰ ਹੈ ਕਿ ਮੋਦੀ 75ਵੇਂ ਨੂੰ ਠੁਕਣ ਵਾਲੇ ਔਰ ਮੋਦੀ ਦਾ ਸਿਆਸੀ ਗੁਰੂ ਤਾਂ ਅਲਕੇ ਐਡਵਾਨੀ ਸੀ 2002 ਚ ਜਦੋਂ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ ਆਵਾਜਪਾ ਹੀ ਪ੍ਰਾਈਮ ਮਿਨਿਸਟਰ ਸੀ ਉਹਦਾ ਅਸਤੀਫਾ ਮੰਗ ਰਿਆ ਸੀ ਇਹਦਾ ਐਡਵਾਨੀ ਖਲੋਤਾ ਹੈ ਔਰ ਲੇਕਨ ਇਨ ਆਦੀ ਗੁਰੂ ਸ਼ਿਸ਼ ਪਰੰਪਰਾ ਦਾ ਇਹ ਵੀ ਇੱਕ ਹਿੱਸਾ ਹੈ ਕਿ ਸ਼ਿਸ਼ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਉਹ ਗੁਰੂ ਨੂੰ ਮਾਰਦਾ ਐ ਐਵੇਂ ਨਹੀਂ ਕਹਾਵਤਾ ਬਣੀ ਹੈ ਕਿ ਬਿੱਲੀ ਨੇ ਸ਼ੇਰ ਪੜਾਇਆ ਬਿੱਲੀ ਨੂੰ ਖਾਵਣ ਆਇਆ ਹੁਣ ਉਹਨੇ ਜਿਹੜਾ ਅਡਵਾਨੀ ਨੇ ਉਸ ਪੀਰੀਅਡ ਜਿਹਨੂੰ ਬੈਕ ਕੀਆ ਕਿਉਂਕਿ ਉਹਨੂੰ ਇਹ ਸੀ ਵੀ ਠੀਕ ਹੈ ਇਹ ਚੀਫ ਮਿਨਿਸਟਰ ਹੈ ਤੇ ਅਡਵਾਨੀ ਦਾ ਆਪਣਾ ਐਮਬੀਸ਼ਨ ਜਿਹੜਾ ਹੈ ਵਾਜਪਾਈ ਦਾ ਨੰਬਰ 2 ਹੋਣ ਦੇ ਨਾਤੇ ਭਾਜਪਾ ਦਾ ਪ੍ਰਧਾਨ ਰਾਤ ਯਾਤਰਾ ਬਾਬਰੀ ਮਸਜਿਦ ਦਾ ਅਨ ਪ੍ਰੋਮਿਨੈਂਟ ਰੋਲ ਉਹਨੇ ਤਾਂ ਆਪਣੀਆਂ ਸ਼ੇਰਵਾਨੀਆਂ ਸਵਾਈਆਂ ਹੋਈਆਂ ਸੀ ਅਚਕਨ ਕਿ ਉਹਨੇ ਪ੍ਰਾਈਮ ਮਿਨਿਸਟਰ ਬਣਨਾ ਹੈ ਲੇਕਿਨ ਮੋਦੀ ਜਿਹੜਾ ਆਪਣੇ ਗੁਰੂ ਦੇ ਕਾਨੀ ਨਹੀਂ ਕੁੱਤਰਿਆਂ ਨੇ ਉਹਦਾ ਸਿਰ ਹੀ ਲਾਤਾ ਹੈ ਕਿ ਜਦੋਂ ਉਹਨੇ ਐਨੇ ਮਤਾ ਕਰਵਾਤਾ ਆਰਐਸਐਸ ਰਾਹੀਂ ਕਿ ਜਿਹੜੇ ਵੀ 75 ਸਾਲ ਦੀ ਉਮਰ ਨੂੰ ਟੁੱਕ ਚੁੱਕੇ ਨੇ ਉਹ ਜਿਹੜੇ ਨੇ ਹੁਣ ਇੱਕ ਐਡਵਾਈਜ਼ਰ ਦਾ ਰੋਲ ਅਦਾ ਕਰਨਗੇ ਕੋਈ ਪ੍ਰੋਮਿਨੈਂਟ ਅਹੁਦੇ ਤੇ ਨਹੀਂ ਹੋਣਗੇ ਨਤੀਜੇ ਦੇ ਤੌਰ ਤੇ ਦੋ ਜਿਹੜੇ ਵੱਡੇ ਰਾਈਵਲ ਮੁਰਲੀ ਮਨੋਰ ਜੋਸ਼ੀ ਜਿਹੜਾ ਪ੍ਰੈਜ਼ੀਡੈਂਟ ਰਿਹਾ ਸੀ ਭਾਜਪਾ ਦਾ ਮਨਿਸਟਰ ਵੀ ਰਿਹਾ ਆਵਾਜਪਾਈ ਕੈਬਨਿਟ ਸੀਨੀਅਰ ਮੋਸਟ ਔਰ ਐਲਕੇ ਅਡਵਾਨੀ ਦੋਨੋਂ ਹੀ ਰਿੰਗ ਤੋਂ ਬਾਹਰ ਤੇ ਮੋਦੀ ਆਪਣੇ ਨਾਲ ਉਹ ਕਾਤਲ ਜੋੜੀ ਦਾ ਦੂਜਾ ਅਮਿਤ ਸ਼ਾਹ ਜਿਹੜੇ ਉਹਦੇ ਨਾਲ ਹੋਮ ਮਨਿਸਟਰ ਸੀ ਉਹਨੂੰ ਲੈ ਕੇ ਦਿੱਲੀ ਜਾ ਕੇ ਬੈਠ ਗਿਆ ਹੁਣ ਜਿਹੜਾ ਇਸ ਆਰਟੀਕਲ ਦੇ ਵਿੱਚ ਇਹਨੇ ਸੁਜਾਤਾ ਆਨੰਦਨ ਨੇ ਇਹ ਸਵਾਲ ਚੁੱਕਿਆ ਉਹਨੇ ਕਿਹਾ ਵੀ ਹੁਣ ਮੋਦੀ 75ਵੇਂ ਨੂੰ ਟੁੱਕਣ ਵਾਲਾ ਹੈ ਮੋਨ ਭਾਗਵਤ ਉਹ ਵੀ 75ਵੇਂ ਨੂੰ ਟੁੱਕਣ ਵਾਲਾ ਜਿਹੜਾ ਆਰਐਸਐਸ ਦਾ ਮੁਖੀ ਹੈ ਕਿ ਵੀ ਜਿਹੜੀ ਦਵਾਈ ਦੇ ਕੇ ਅਡਵਾਨੀ ਔਰ ਮੁਰਲੀ ਬਨੋਰ ਜੋਸ਼ੀ ਨੂੰ ਸੁਵਾਇਆ ਗਿਆ ਸੀ ਕਿ ਉਹ ਦਵਾਈ ਹੁਣ ਅਡਵਾਨੀ ਔਰ ਮੋਨ ਭਾਗਵਤ ਵੀ ਖਾਣਗੇ ਕਿਉਂਕਿ ਜੇ ਉਹ ਨਹੀਂ ਖਾਂਦੇ ਤਾਂ ਜਿਹੜੇ ਨੰਬਰ 2n9 ਯੋਗੀ ਔਰ ਜਿਹੜੇ ਨੇ ਉਹ ਅਮਿਤ ਸ਼ਾਹ ਲੱਗੇ ਹੋਏ ਨੇ ਉਹਨਾਂ ਦਾ ਕੀ ਬਣੇਗਾ ਸੋ ਕੁੱਲ ਮਿਲਾ ਕੇ ਕਨਕਲੂਜਨ ਉਹਨੇ ਇਹੀ ਕੱਢਿਆ ਕਿ ਭਾਈ ਮੋਦੀ ਕਿਤੇ ਜਾਣ ਵਾਲਾ ਨਹੀਂ ਹੈ ਹੁਣ ਦੇਖਣਾ ਇਹ ਹੈ ਵੀ ਉਹਨੂੰ ਕਿਵੇਂ ਜਸਟੀਫਾਈ ਕਰਦਾ ਹੈ ਕਿ ਭਾਈ ਮੈਂ ਤਾਂ ਦੇਖੋ 75 ਦੇ ਭਾਵੇਂ ਲੰਘਿਆ ਪਰ ਮੈਂ ਮੇਰੇ ਬਿਨਾਂ ਤਾਂ ਤੁਹਾਨੂੰ ਕੋਈ ਵੋਟਾਂ ਹੀ ਨਹੀਂ ਲੈ ਕੇ ਦੇ ਸਕਦਾ ਇਸ ਲਈ ਵਨ ਟਾਈਮ ਐਕਸੈਪਸ਼ਨ ਕਰ ਦਿਓ ਔਰ ਇਹ ਸਾਰਾ ਕੀ ਹੋਏਗਾ ਪਰ ਇਹ ਮੈਨੂੰ ਦਿਲ ਚਸਪ ਲੱਗਾ ਕਿ ਭਾਈ ਇਸ ਤੇ ਉੱਤੇ ਗੱਲ ਕੀਤੀ ਜਾਏ ਅੱਛਾ ਔਰ ਜਿਵੇਂ ਅਸੀਂ ਕਨਕਲੂਜਨ ਦੇ ਵਿੱਚ ਰੋਹਾਨੀ ਵਿਚਾਰ ਕਰਦੇ ਹਾਂ ਸ੍ਰੀ ਰਾਗ ਬਾਣੀ ਅਸੀਂ ਵਿਚਾਰ ਰਹੇ ਹਾਂ ਤੀਸਰੇ ਪਾਤਸ਼ਾਹ ਦੀ ਬਾਣੀ ਚੱਲ ਰਹੀ ਹੈ ਸ੍ਰੀ ਰਾਗ ਮਹੱਲਾ 3 ਸ਼ਬਦ ਹੈ ਇੱਕ ਪਿਰ 라ਵੇ ਆਪਣਾ ਹਉ ਕੈਦਰ ਪੁੱਛੋਂ ਜਾਏ ਸਤਗੁਰ ਸੇਵੀ ਭਾਉ ਕਰ ਮੈਂ ਪਿਰ ਦੇਹੋ ਮਿਲਾਏ ਸਭ ਉਪਾਏ ਆਪੇ ਵੇਖੈ ਕਿਸ ਨੇੜਾ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ 라ਵੇ ਸਦਾ ਹضور ਮੁੰਦੇ ਤੂੰ ਚਲ ਗੁਰ ਕੈ ਭਾਏ ਆਂ ਦਿਨ 라ਵੇ ਫਿਰ ਆਪਣਾ ਸਹਜ ਸੱਚ ਸਮਾਏ ਰਹੋ ਅੱਛਾ ਰਹਾਉ ਦੀ ਤੱਕ ਕਹੇ ਉਹ स्त्री ਰੂ ਜਿਹੜੀ ਕੇ ਹੰਕਾਰ ਦੇ ਵਿੱਚ ਮਤੀ ਹੋਈ ਐ ਅੱਖਾਂ ਬੰਦ ਨੇ ਜਿਸ ਦੀਆਂ ਕਿ ਤੂੰ ਗੁਰੂ ਦੇ ਭੈ ਪਾਵਨੀ ਦੇ ਵਿੱਚ ਚੱਲ ਆਪਣੀ ਰੂਹ ਨੂੰ ਆਪਣੇ ਆਪ ਨੂੰ ਸਮਝਾਇਆ ਮੁੰਡੇ ਤੂੰ ਚੱਲ ਗੁਰ ਕੈ ਭਾਏ ਅੰਨ ਦਿਨ 라ਵੇ ਫਿਰ ਆਪਣਾ ਦਿਨ ਰਾਤ ਆਪਣੇ ਪਿਆਰੇ ਨੂੰ ਯਾਦ ਕਰ ਸਹਿਜ ਸੱਚ ਸਮਾਏ ਸਹਿਜ ਦੇ ਨਾਲ ਉਸ ਸੱਚ ਦੇ ਵਿੱਚ ਤੂੰ ਸਮਾ ਜਾਏਂਗੀ ਔਰ ਇੱਕ ਪਿਰ 라ਵੇ ਆਪਣਾ ਇਹ ਕੋ ਨੇ ਜਿਹੜੀਆਂ ਰੂਹਾਂ ਆਪਣੇ ਪਿਆਰੇ ਨਾਲ ਜੁੜੀਆਂ ਹੋਈਆਂ ਨੇ ਔਰ ਇਹ ਉਹਨਾਂ ਨੂੰ ਪੁੱਛਣਾ ਕਿ ਹਉ ਕਿਆ ਦਰ ਪੁੱਛੋ ਜਾਏ ਕਿ ਮੈਂ ਹੁਣ ਉਹ ਜੜੀਆਂ ਰੂਹਾਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਕਿਵੇਂ ਪੁੱਛਾਂ ਕੀ ਪੁੱਛਾਂ ਕਿ ਕਿਵੇਂ ਉਹਨਾਂ ਨੇ ਪਿਆਰਿਆਂ ਨੂੰ ਪਾਇਆ ਸਤਗੁਰ ਸੇਵੀ ਭਾਉ ਕਰ ਭਾਉ ਕਰ ਮੈਂ ਪਿਰ ਦੇਹੋ ਮਿਲਾਏ ਤੇ ਉਹਨਾਂ ਦਾ ਜਵਾਬ ਹੈ ਕਿ ਭਾਈ ਸਤਗੁਰੂ ਨੂੰ ਯਾਦ ਕਰਨਾ ਭਾਉ ਕਰਕੇ ਪਿਆਰ ਕਰਕੇ ਔਰ ਉਸ ਪਿਆਰੇ ਦੇ ਨਾਲ ਮਿਲਾਪ ਇਹੀ ਇੱਕ ਉਸ ਨੂੰ ਮਿਲਣ ਦਾ ਰਸਤਾ ਹੈ ਸਭ ਉਪਾਏ ਆਪੇ ਵੇਖੈ ਕਿਸ ਨੇੜਾ ਕਿਸ ਦੂਰ ਕਿ ਉਹ ਆਪ ਹੀ ਪੈਦਾ ਕਰਦਾ ਸਾਰੀ ਕਾਇਨਾਤ ਉਹਨੇ ਪੈਦਾ ਕੀਤੀ ਹੈ ਆਪ ਉਸ ਨੂੰ ਦੇਖਦਾ ਔਰ ਕੌਣ ਉਹਦੇ ਨੇੜੇ ਹੈ ਕੌਣ ਦੂਰ ਹੈ ਵਾਹਿਗੁਰੂ ਦੇ ਪਾਣੇ ਦੇ ਵਿੱਚ ਵਾਹਿਗੁਰੂ ਦੇ ਕੋਲ ਹੈ ਜਿਨ ਪਿਰ ਸੰਗੇ ਜਾਣਿਆ ਪਿਰ 라ਵੇ ਸਦਾ ਹਾਜ਼ਰ ਜਿਨ੍ਹਾਂ ਨੇ ਇਹ ਰਿਅਲਾਈਜ਼ ਕੀਤਾ ਕਿ ਸਾਡਾ ਪਿਆਰਾ ਰੱਬ ਸਾਡੇ ਹਮੇਸ਼ਾ ਹਾਜ਼ਰ ਨਾਜ਼ਰ ਹੈ ਉਹ ਸਦਾ ਹੀ ਉਸ ਦੇ ਹਜ਼ੂਰ ਰਹਿ ਕੇ ਔਰ ਰੂਹਾਂ ਉਸ ਵੈਗਰ ਨੂੰ ਹਾਸਲ ਕਰਦਿਆਂ ਨੇ ਵੈਗਰ ਦੀ ਕੁਰਬਤ ਹੁੰਦੀਆਂ ਨੇ ਔਰ ਜਿਵੇਂ ਰਹਾਉ ਦੀ ਤੱਕ ਮੈਂ ਵਿਚਾਰ ਲਈ ਹੈ ਸ਼ਬਦ ਰਤੀਆਂ ਸੁਹਾਗਣੀ ਸੱਚਾ ਸ਼ਬਦ ਸਿਗਾਰ ਹਰ ਵਾਰ ਪਾਇਨ ਕਰ ਆਪਣੇ ਗੁਰ ਕੈ ਹੇਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੇ ਭਗਤ ਪਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੇ ਜੇ ਸਭ ਸੇ ਦੇ ਆਧਾਰ ਜਿਹੜੀਆਂ ਰੂਹਾਂ ਸ਼ਬਦ ਦੇ ਵਿੱਚ ਰਤੀਆਂ ਹੋਈਆਂ ਨੇ ਉਹ ਸੁਹਾਗਣਾਂ ਨੇ ਉਹਨਾਂ ਦਾ ਸ਼ਿੰਗਾਰ ਉਹਨਾਂ ਨੂੰ ਕੋਈ ਬਨੌਟੀ ਸ਼ਿੰਗਾਰ ਕਰਨ ਦੀ ਲੋੜ ਨਹੀਂ ਹੈ ਕੋਈ ਜਿਹੜਾ ਉਹ ਝੂਠ ਦਾ ਮਲਮਾ ਲਾਣ ਦੀ ਲੋੜ ਨਹੀਂ ਹੈ ਸੱਚਾ ਸ਼ਬਦ ਸਿਗਾਰ ਉਹਨਾਂ ਉਹ ਸੱਚੇ ਸ਼ਬਦ ਨਾਲ ਜੁੜੀਆਂ ਹੋਈਆਂ ਰੂਹਾਂ ਨੇ ਇਹੀ ਉਹਨਾਂ ਦਾ ਸ਼ਿੰਗਾਰ ਹੈ ਹਰ ਵਾਰ ਪਾਇਨ ਕਰ ਆਪਣੇ ਉਨਾ ਨੂੰ ਘਰ ਬੈਠਿਆ ਮਤਲਬ ਇਹ ਕੋਈ ਪਟਕਣ ਦੀ ਲੋੜ ਨਹੀਂ ਜੰਗਲਾਂ ਚ ਜਾਣ ਦੀ ਲੋੜ ਨਹੀਂ ਹੈ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਹਸੰਦੇ ਆ ਖੈਲੰਦੇ ਆ ਪੈਨੰਦੇ ਆ ਖਾਵੰਦੇ ਆ ਵਿਚੇ ਹੋਵੇ ਮੁਕਤ ਹਰ ਵਰ ਪਾਇਨ ਕਰ ਆਪਣੇ ਆਪਣੇ ਘਰ ਚ ਬੈਠਿਆ ਵਰ ਪ੍ਰਭੂ ਪਿਆਰਾ ਮਿਲਦਾ ਗੁਰ ਕਾ ਹੇਤ ਪਿਆਰ ਗੁਰੂ ਦੇ ਨਾਲ ਪਿਆਰ ਪਾਣਾ ਇਸ ਰਸਤੇ ਨੂੰ ਸੌਖਾ ਕਰਦਾ ਸੀਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਪੰਡਾਰ ਜਸ دل ਦੇ ਅੰਦਰ ਆ ਕੇ ਵਾਹਿਗੁਰੂ ਆ ਵਸਤੇ ਨੇ ਉਹ ਸਹੀ ਸੁਹਾਵੀ ਹੈ ਉਹ ਰੂਹਾਂ ਵਾਹਿਗੁਰੂ ਦੇ ਰੰਗ ਵਿੱਚ ਰਗੀਆਂ ਹੋਈਆਂ ਔਰ ਉਹਨਾਂ ਨੂੰ ਭਗਤੀ ਦਾ ਪੰਡਾਰਾ ਮਿਲ ਜਾਂਦਾ ਉਹ ਦਿਨ ਰਾਤ ਇਬਾਦਤ ਔਰ ਬੰਦਗੀ ਵਿੱਚ ਜੁੱਟੀਆਂ ਹੁੰਦੀਆਂ ਨੇ ਸੋ ਪ੍ਰਭ ਪ੍ਰੀਤਮ ਮਨ ਵਸੇ ਜੇ ਸਭ ਸ ਦੇ ਆਧਾਰ ਉਹਨਾਂ ਰੂਹਾਂ ਦੇ ਅੰਦਰ ਉਹ ਪ੍ਰੀਤਮ ਪਿਆਰਾ ਉਹਨਾਂ ਦੇ ਅੰਦਰ ਵਸਦਾ ਹੈ ਉਹ ਵਾਹਿਗੁਰੂ ਜਿਹੜਾ ਹਰ ਇੱਕ ਦੇ ਜੀਵਨ ਦਾ ਆਧਾਰ ਹੈ ਪਿਰਸਲਾਹਨ ਆਪਣਾ ਤਨ ਕੈ ਹਉ ਸਦ ਬਲੇ ਹਾਰੇ ਜਾਉ ਮਨ ਤਨ ਅਰਪੀ ਸਿਰ ਦੇ ਤਨ ਕੇ ਲਾਗਾ ਪਾਏ ਜਿਨਹੀਂ ਏਕ ਪਛਾਣਿਆ ਦੂਜਾ ਪਾਉ ਚੁਕਾਏ ਗੁਰਮੁਖ ਨਾਮ ਪਛਾਣੀ ਹੈ ਨਾਨਕ ਸਚ ਸਮਾਏ ਕਿ ਗੁਰੂ ਸਾਹਿਬ ਤੀਸਰੇ ਨਾਨਕ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਆਪਣੇ ਪਿਆਰੇ ਦੀ ਸਲਾਤਾ ਦੇ ਵਿੱਚ ਸਿਫਤ ਸਲਾਹ ਦੇ ਵਿੱਚ ਆਪਣਾ ਜੀਵਨ ਲਾਦਤ ਹੈ ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਜਿਨ੍ਹਾਂ ਨੇ ਆਪਣਾ ਮਨ ਤਨ ਔਰ ਆਪਣਾ ਤਨ ਮਨ ਤੁਨ ਉਸ ਅਗੇ ਅਰਪਣ ਕੀਤਾ ਉਹਨਾਂ ਦੇ ਮੈਂ ਪੈਰੀ ਪੈਂਦਾ ਉਹਨਾਂ ਦੇ ਮੈਂ ਪੈਰੀ ਲੱਗਦਾ ਜਿਨ੍ਹਾਂ ਨੇ ਉਸ ਇੱਕ ਵਾਹਿਗੁਰੂ ਨੂੰ ਪਛਾਣ ਲਿਆ ਉਹਨਾਂ ਦੇ ਅੰਦਰੋਂ ਦੂਸਰਾ ਪਾਓ ਮਤਲਬ ਮਾਇਆ ਦਾ ਜਿਹੜਾ ਹੈ ਰੁਖ ਉਹ ਖਤਮ ਹੋ ਗਿਆ ਗੁਰਮੁਖ ਨਾਮ ਪਛਾਣੀ ਹੈ ਨਾਨਕ ਸੱਚ ਸਮਾਏ ਗੁਰਮੁਖ ਉਸ ਨਾਮ ਦੇ ਨਾਲ ਜੁੜੇ ਹੋਏ ਉਸ ਵਾਹਿਗੁਰੂ ਦੀ ਯਾਦ ਦੇ ਵਿੱਚ ਜੁੜਦੇ ਨੇ ਤੇ ਅਲਟੀਮੇਟਲੀ ਸੱਚ ਦੇ ਵਿੱਚ ਉਹ ਨਿਵਾਸ ਕਰਦੇ ਨੇ ਇਹ ਅੱਜ ਦਾ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਐਮਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਸੋ ਇਸ ਨਾਲ ਆਪਣੇ ਈਵਰਸ ਕੋਲ ਨੇ ਇਜਾਜ਼ਤ ਈਵਰਸ ਸਾਡੇ ਪ੍ਰੋਗਰਾਮ ਦਾ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸੁਝਾ ਸਾਨੂੰ ਭੇਜਣਾ ਭੁੱਲਣਾ ਸਾਡੇ ਸਪਤੇ ਤੇ ਐਸਓਐਸ 84 ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਵਾ ਗਿਆ ਦੋ ਦੇਖਦੇ ਰਹੋ ਟੀਵੀ 84 ਪਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰੱਖਾ